ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦੇਖੋ ਪਿੱਛੇ ਕਿੰਨਾ ਜੈਮ ਲੱਗਾ ਆ, ਪੰਜਾਬੀਆਂ ਨੇ ਤਾਂ ਲੰਡਨ ਹੀ ਰੋਕ ਦਿੱਤਾ। ਆਹ ਦੇਖੋ ਆਹ ਸਾਰੇ ਲੰਡਨ ਜੈਮ ਲੱਗਾ ਆ ਸਾਰੇ ਪਾਸੇ, ਦੇਖੋ ਨਾ ਮੋਹਰੇ ਨਾ ਪਿੱਛੇ ਸਾਰੇ ਜੈਮ ਲੱਗਾ ਆ। ਇਹ ਵੀ ਆਪਣੇ ਕਿਸਾਨਾਂ ਲਈ ਬਈ ਪਿਆਰ ਦਿਖਾ ਦਿੰਦੇ ਵੀ ਅਸੀਂ ਆਪਣੇ ਕਿਸਾਨਾਂ ਨੂੰ ਪਿਆਰ ਕਰਦੇ ਹਾਂ। ਸੋ ਤੁਸੀਂ ਜਿੱਥੇ ਵੀ ਹੈਗੇ ਆ ਸਪੋਰਟ ਕਰੀ ਜਾਵੋ, ਅਤੇ ਨਾਲ ਹੀ ਜਿੱਦਾਂ ਵੀ ਕਹਿ ਲਓ ਸਾਡੀ ਖਾਲਸਾ ਐਂਡ ਮੋਹਰੇ ਟੀਮ ਲੱਗੀ ਆ ਸੇਵਾ 'ਤੇ ਡੇਲੀ। ਇੱਥੇ ਸੰਗਤ ਦੇਖੋ ਹਜ਼ਾਰਾਂ ਤੋਂ ਹਜ਼ਾਰਾਂ ਕਾਰ ਆਈਆਂ ਲੰਡਨ ਦੇ ਵਿੱਚ। ਲੰਡਨ ਤਾਂ ਬਿਲਕੁਲ ਹੀ ਬਲੋਕ ਕਰ ਦਿੱਤੀ, ਸਾਰੇ ਪਾਸੇ ਪੰਜਾਬੀਆਂ ਨੇ ਝੰਡੇ ਚੜ੍ਹਾ ਤੇ ਇੱਥੇ ਕਿਸਾਨਾਂ ਦਾ, ਵੀ ਕਿਸਾਨਾਂ ਬਾਰੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਦਿੱਲੀ ਵਿੱਚ, ਅਸੀਂ ਉਹਦੇ ਨਾਲ ਆ, ਸਾਨੂੰ ਦੁੱਖ ਆ। ਅਤੇ ਬਸ ਬਿਲਕੁਲ ਹੁਣ ਤਾਂ ਲੰਡਨ ਇੱਥੇ ਜਿਹੜਾ ਰਸਤਾ 5 ਮਿੰਟ ਲੱਗਦਾ, 1.5 ਘੰਟਾ ਹੋ ਗਿਆ ਇੱਥੇ ਫਸੇ ਨੂੰ ਟ੍ਰੈਫਿਕ ਵਿੱਚ। ਇੰਨੀ ਸੰਗਤ ਆਈ ਓ ਆ ਸਾਰੇ ਪਾਸੇ ਲੰਡਨ ਤੋਂ। ਸੋ ਸਾਰੀ ਸੰਗਤ ਦਾ ਧੰਨਵਾਦ। ਇਹ ਇਕੱਠ ਦੇਖ ਕੇ ਬੜੀ ਖੁਸ਼ੀ ਵੀ ਹੁੰਦੀ ਆ ਅਤੇ ਬੜਾ ਦੁੱਖ ਵੀ ਲੱਗਦਾ। ਖੁਸ਼ੀ ਆ ਵੀ ਸੰਗਤ ਹਰ ਵਾਰੀ ਆਪਣੇ ਪੰਜਾਬੀਆਂ ਲਈ, ਇਨਸਾਨੀਅਤ ਲਈ, ਕੌਮ ਲਈ ਖੜ੍ਹੇ ਹੁੰਦੇ ਆ। ਦੁੱਖ ਆ ਵੀ ਕਈ ਵਾਰ ਆਪਣੇ ਲੀਡਰ ਤਾਂ ਵੀ ਵਿਕ ਜਾਂਦੇ ਆ। ਸਾਡੀ ਇਹ ਬੇਨਤੀ ਸਾਰੇ ਲੀਡਰਾਂ ਨੂੰ, ਕਿਸਾਨ ਲੀਡਰਾਂ ਨੂੰ, ਹੋਰ ਜਿਹੜੇ ਮੋਹਰੇ ਆ, ਡਟ ਕੇ ਰਹੋ, ਸਾਰੀ ਦੁਨੀਆ ਤੁਹਾਡੇ ਨਾਲ ਆ, ਹੁਣ ਸਾਨੂੰ ਫੇਲ ਨਾ ਕਰਿਓ। ਜਿਹੜੀ ਵੀ ਡਿਸੀਜਨ ਲੈਣੀ ਆ ਕਿਸਾਨਾਂ ਨਾਲ ਗੱਲ ਕਰਕੇ, ਨੌਜਵਾਨ ਜਿਹੜੇ ਮੋਹਰੇ ਹੋਏ ਆ ਉਹਨਾਂ ਨਾਲ ਕਰਕੇ ਡਿਸੀਜਨ ਲਾਇਓ। ਤੁਹਾਡੀ ਹਾਰ ਨਹੀਂ ਹੋ ਸਕਦੀ, ਹੁਣ ਮੇਰੇ ਬਿਲਕੁਲ ਹਾਰ ਨਹੀਂ ਹੋ ਸਕਦੀ। ਇੰਨਾ ਪਿਆਰ ਆ, ਇੰਨਾ ਪਿਆਰ ਮੈਂ ਕਦੀ ਦੇਖਿਆ ਨਹੀਂ। ਮੇਰੇ ਖਿਆਲ 84 ਮਗਰੋਂ ਪਹਿਲਾਂ ਇੰਨਾ ਇਕੱਠ ਹੋਇਆ ਸੀਗਾ, ਇੱਦਾਂ ਐਡਾ ਵੱਡਾ ਇਕੱਠ ਹੋ ਰਿਹਾ ਮੁੜ ਕੇ ਪੰਜਾਬ ਵਿੱਚ, ਦਿੱਲੀ ਵਿੱਚ ਅਤੇ ਇੱਥੇ। ਸੋ ਬਿਲਕੁਲ ਚੜ੍ਹਦੀ ਕਲਾ, ਜਿੱਦਾਂ ਕਹਿੰਦੇ ਹਰ ਮੈਦਾਨ ਫਤਿਹ, ਇਹ ਹੁਣ ਮੈਦਾਨ ਫਤਿਹ ਹੀ ਹੋਊਗੀ। ਥੈਂਕ ਯੂ ਤੁਹਾਡਾ, ਤੁਹਾਡੇ ਪਿਆਰ ਦਾ ਅਸੀਂ ਗੱਲ ਕਰਦੇ।